ਸਾਬਕਾ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੂੰ ਭਾਰਤ ਦਾ ਦੂਜਾ ਸਭ ਤੋਂ ਉੱਚਾ ਨਾਗਰਿਕ ਸਨਮਾਨ ਪਦਮ ਵਿਭੂਸ਼ਣ ਦਿੱਤਾ ਗਿਆ ਇਸ ਤੋਂ ਇਲਾਵਾ ਅਕਰਜ ਵਿਜਨਤੀ ਮਾਲ ਬਾਲੀ ਅਤੇ ਕੋਨੀ ਦੇਲਾਚ ਰੰਜੀਵੀ ਸਮਾਜ ਸੇਵਕ ਸਵਰਗੀ ਵਿਦੇਸ਼ਵਰ ਪਾਠਕ ਅਤੇ ਭਾਰਤ ਨਾਟਿਮ ਡਾਂਸਰ ਪਦਮ ਸੁਬ੍ਰਮਨਿਅਮ ਨੂੰ ਵੀ ਇਹ ਸਨਮਾਨ ਦਿੱਤਾ ਗਿਆ ਉੱਗੇ ਅਦਾਕਾਰ ਮਥੁੰ ਚਕਰਵਰਤੀ ਨੂੰ ਪਦਮ ਵਿਭੂਸ਼ਣ ਮਿਲਿਆ ਹੈ